ਖੁਸ਼ੀਆਂ ਦਾ ਮਾਹੌਲ ਉਸ ਵੇਲੇ ਗਮਗੀਨ ਪ੍ਰਵਾਲੀ ਬਣ ਗਿਆ ਜਦੋਂ ਸੰਤੋਖ ਪੁੱਤਰ ਦਰਸ਼ਨ ਵਾਸੀ ਰਾਮਗੜ੍ਹ ਨੇ ਇੱਕ ਨਵਾਂ ਮਕਾਨ ਬਣਾਇਆ ਸੀ। ਮਕਾਨਾਂ ਦੀ ਝੱਟ ਕਰਨ ਲਈ ਸਾਰੇ ਇਸ ਬੁਲਾਏ ਹੋਏ ਸਨ। ਸੰਤੋਖ ਪਿੰਡ ਰਾਮਗੜ੍ਹ ਤੋਂ ਫਲੋਰ ਸ਼ੈਡ ਲਈ ਸਮਾਨ ਲੈਣ ਗਿਆ ਸੀ। ਉਹਦਾ ਮੋਟਰਸਾਈਕਲ ਬੇਕਾਬੂ ਹੋਣ ਨਾਲ ਸੜਕ 'ਤੇ ਡਿੱਗ ਪਿਆ। ਉਸਨੂੰ ਸਿਵਲ ਹਸਪਤਾਲ ਲਗਾਇਆ ਜਿੱਥੇ ਮੌਕੇ 'ਤੇ ਮੌਤ ਹੋ ਗਈ। ਉਸ ਦੇ ਪਿੱਛੇ ਬੇਟੇ ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਕੈਮਰਾ ਮੈਨ ਇਸੇ ਨਾਲ ਡਿੰਪਲ ਦੀ ਵਿਸ਼ੇਸ਼ ਰਿਪੋਰਟ। ਜੀ ਸਰ, ਇੱਕ ਐਕਸੀਡੈਂਟ ਹੋਇਆ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਹਾਂਜੀ, ਇਹ ਸਾਡੇ ਪਿੰਡ ਦੇ ਵਸਨੀਕ ਸੀ, ਸੰਤੋਖ ਸਿੰਘ ਪੁੱਤਰ ਦਰਸ਼ਨ ਦਾ, ਜੋ ਕਿ ਆਪਣੇ ਘਰ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਰੱਖਿਆ ਸੀ। ਕੁਝ ਸਮਾਨ ਲੈਣ ਵਾਸਤੇ ਬਾਜ਼ਾਰ ਆਏ ਸੀਗੇ, ਇੱਕ ਟੋਏ ਦੇ ਵਿੱਚ ਡਿੱਗਣ ਕਰਕੇ ਉਹਨਾਂ ਦਾ ਬਾਈਕ 'ਚ ਅਨਬੈਲੈਂਸ ਹੋ ਗਿਆ ਅਤੇ ਮੌਕੇ 'ਤੇ ਉਹਨਾਂ ਦੀ ਮੌਤ ਹੋ ਗਈ। ਠੀਕ ਹੈ ਜੀ, ਕੀ ਮੰਗ ਕੀ ਕਰਦੇ ਆ ਪ੍ਰਸ਼ਾਸਨ? ਮੰਗ ਪ੍ਰਸ਼ਾਸਨ ਕੋਲ ਕਰਦੇ ਹਾਂ ਕਿ ਜੋ ਟੋਏ ਕਰਕੇ ਅੱਜ ਇਹਨਾਂ ਦਾ ਐਕਸੀਡੈਂਟ ਹੋਇਆ, ਕਿ ਹੋਰ ਨਾ ਕਿਸੇ ਦਾ ਹਾਦਸਾ ਵਾਪਰੇ। ਅਸੀਂ ਸਰਕਾਰ ਤੋਂ ਮੰਗ ਕਰਦੇ ਕਿ ਗਰੀਬ ਪਰਿਵਾਰ ਆ, ਇਹਨਾਂ ਦੀ ਮਦਦ ਕੀਤੀ ਜਾਵੇ। ਸਾਨੂੰ ਪਤਾ ਲੱਗਾ, ਫੋਨ ਆਇਆ ਸੀਗਾ ਵੀ ਤਾਜਵਾਰ ਦੇ ਲਾਗੇ ਇੱਕ ਮੋਟਰਸਾਈਕਲ ਦੇ ਉੱਤੇ ਬੰਦਾ ਜਾ ਰਿਹਾ ਸੀਗਾ, ਜੋ ਐਕਸੀਡੈਂਟ ਹੋਣ ਕਰਕੇ ਉਹਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਅਤੇ ਜਦੋਂ ਸਾਨੂੰ ਹਸਪਤਾਲ ਤੋਂ ਚੈੱਟ ਆਈ ਆ ਅਤੇ ਅਸੀਂ ਮੌਕੇ 'ਤੇ ਗਏ ਹਾਂ ਅਤੇ ਉਹਨਾਂ ਨੇ ਕਿਹਾ ਕਿ ਇਹਦੀ ਡੈਥ ਹੋ ਗਈ ਆ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ। ਕਿ ਬੱਚਾ ਵੀ ਸੀ ਨਾਲ? ਬੱਚੇ ਦੇ ਹਾਲਾਤ? ਬੱਚੇ ਦੇ ਵੀ ਥੋੜ੍ਹੀ ਜਿਹੀ ਨੋਰਮਲ ਸੱਟ ਲੱਗੀ ਆ, ਬੱਚਾ ਠੀਕ ਹੈ। ਇਹਨੂੰ ਸੰਦੋਖ ਮਾਰਿਆ ਜੋ ਦਰਸ਼ਨ ਲਾਲ ਦਾ ਰਾਮਗੜ੍ਹ ਮੁਹੱਲੇ ਦਾ ਆ, ਅਤੇ ਉਹਦੀ ਡੈਥ ਹੋ ਗਈ ਆ, ਉਹਦੇ ਬਾਰੇ ਕਾਰਵਾਈ ਅਸੀਂ ਕਰ ਰਹੇ ਹਾਂ। ਕੀ ਕਾਰਵਾਈ ਆ ਜੀ? ਕਾਰਵਾਈ 174 ਦੀ ਕਾਰਵਾਈ ਆ ਜੀ, ਹੋਰ ਤਾਂ ਕੋਈ ਨਹੀਂ। ਓਕੇ ਓਕੇ।